ਸਰ ਬਹੁਤ ਵਧੀਆ ਡਿਸੀਜਨ ਲਿਆ ਗਿਆ ਸਰਕਾਰਾਂ ਦਾ ਕਿ ਜੋ ਕਰੋਨਾ ਵਾਇਰਸ ਬਿਮਾਰੀ ਆਈ ਆ ਜੀ ਇਹ ਆਪਣੇ ਆਪਣੇ ਘਰਾਂ 'ਚ ਪਹੁੰਚਣਗੇ ਉੱਥੇ ਸੇਫ ਰਹਿਣਗੇ ਜ਼ਿਆਦਾ ਜੀ। ਹਾਂ ਜੀ ਅਸੀਂ ਆਪੋ ਆਪਣੇ ਘਰਾਂ 'ਚ ਵਧੀਆ ਸੈੱਟ ਰਹਾਂਗੇ ਜੀ, ਪ੍ਰੋਗਰਾਮ ਇੱਥੇ ਬਿਮਾਰੀ ਤੋਂ ਬਚੇ ਹਾਂ ਜੀ ਅੰਦਰ ਵੀ। ਤਕਰੀਬਨ ਅਸੀਂ 40 ਤੋਂ 45 ਦੇ ਕਰੀਬ ਬੰਦਿਆਂ ਨੂੰ ਰਿਹਾ ਕਰ ਰਹੇ ਹਾਂ। ਇਹ ਕਰੋਨਾ ਵਾਇਰਸ ਕਰਕੇ ਜਿਹੜੀ ਰਹੀ ਕੀਤੀ? ਹਾਂਜੀ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਜੇਲ੍ਹਾਂ ਦੇ ਵਿੱਚੋਂ ਜਿਹੜੀ ਅੰਦਰ ਸੀਗੀ ਨਫ਼ਰੀ ਉਹਨੂੰ ਘਟਾਉਣ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਅਤੇ ਗਵਰਨਮੈਂਟ ਨੇ ਇਹ ਐਕਸ਼ਨ ਲਿਆ ਜੀ। ਬੰਦਾ ਤਾਂ ਬਹੁਤ ਬੈਠਾ ਜੀ ਪਰ ਕਦੇ ਇੰਨਾ ਕਾ ਵੀ ਸੇਫਟੀ ਆ, ਹਜੇ ਜੇਲ੍ਹਾਂ ਦੇ ਵਿੱਚ ਸੇਫਟੀ ਆ ਵੀ ਕੋਈ ਐਸੀ ਵੈਸੀ ਗੱਲ ਹੈ ਨਹੀਂ, ਸੇਫਟੀ ਆ ਜੇਲ੍ਹਾਂ ਦੇ ਵਿੱਚ ਵਧੀਆ ਸੇਫਟੀ ਆ ਜੀ, ਇੰਨੀ ਕੋਈ ਗੱਲ ਹੈ ਨਹੀਂ ਕਰੋਨਾ ਬਾਰੇ ਅੰਦਰ ਜੀ। ਗਲਤ ਕੰਮ ਤਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ, ਗਲਤ ਕੰਮ ਨਾ ਹੀ ਕਰਦੇ ਹਾਂ ਮਾੜਾ ਮੋਟਾ ਜੀ, ਸਾਡੇ ਚਿੱਤ 'ਤੇ ਆ ਜਾਂਦੀ ਆ ਗੱਲ ਕਰ ਵੀ ਦੇਖਦੀ ਹੈ ਜੀ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਡੀਕੰਜਸਟ ਕੀਤਾ ਜਾਵੇ, ਉਹਨਾਂ ਦੇ ਵਿੱਚ ਪਹਿਲੀ ਲੜੀ ਦੇ ਵਿੱਚ ਉਹਨਾਂ ਕੈਦੀਆਂ ਨੂੰ ਪਰੋਲ 'ਤੇ ਰਿਹਾਅ ਕੀਤਾ ਜਾ ਰਿਹਾ ਹੈਗਾ ਜਿਹਨੇ ਪੈਟੀ ਕ੍ਰਾਈਮ ਜਾਂ ਜਿਨ੍ਹਾਂ ਦੇ ਉਹ ਜੁਰਮ ਜਿਨ੍ਹਾਂ ਦੀ ਸਜ਼ਾ 7 ਸਾਲ ਤੋਂ ਥੱਲੇ ਹੈਗੀ ਹੈ। ਹਾਂਜੀ ਹਾਂ ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਹੀ ਰਿਲੀਜ਼ ਕੀਤੇ ਜਾ ਰਹੇ ਨੇ ਜੀ। ਉਸ ਲੜੀ ਦੇ ਵਿੱਚ ਕੁੱਲ 39 ਕੈਦੀ ਬਰਨਾਲਾ ਜੇਲ੍ਹ ਦੇ ਵਿੱਚੋਂ ਹੁਣ ਤੱਕ ਆਈਡੈਂਟੀਫਾਈ ਹੋਏ ਹਨ, ਜਿਨ੍ਹਾਂ ਨੂੰ ਅੱਜ ਰਿਲੀਜ਼ ਕੀਤਾ ਗਿਆ, ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਘਰਾਂ 'ਤੇ ਪਹੁੰਚਾਉਣ ਲਈ ਅਸੀਂ ਆਪਣੀ ਵਹੀਕਲਸ ਉੱਤੇ ਬੱਸਾਂ ਅਤੇ ਬਲੈਰਾਂ 'ਤੇ ਉਹਨਾਂ ਨੂੰ ਘਰਾਂ ਦੇ ਵਿੱਚ ਛੱਡ ਰਹੇ ਹੈਗੇ। ਅੱਜ ਫੈਸਲਾ ਲਿਆ ਕਰੋਨਾ ਵਾਇਰਸ ਨੂੰ ਲੈ ਕੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸਰ ਬਹੁਤ ਵਧੀਆ ਡਿਸੀਜਨ ਲਿਆ ਗਿਆ ਸਰਕਾਰਾਂ ਦਾ ਕਿ ਜੋ ਕਰੋਨਾ ਵਾਇਰਸ ਬਿਮਾਰੀ ਆਈ ਆ ਜੀ ਇਹ ਆਪਣੇ ਆਪਣੇ ਘਰਾਂ 'ਚ ਪਹੁੰਚਣਗੇ ਉੱਥੇ ਸੇਫ ਰਹਿਣਗੇ ਜ਼ਿਆਦਾ ਜੀ। ਬਹੁਤ ਵਧੀਆ ਡਿਸੀਜਨ ਲਿੱਤਾ ਸਰਕਾਰ ਨੇ ਵੀ ਬੰਦੇ ਨੂੰ ਛੱਡ ਰਹੇ ਨੇ ਜੀ, ਬਹੁਤ ਅੱਛਾ ਡਿਸੀਜਨ ਆ ਜੀ ਉਹਨਾਂ ਦਾ। ਇੱਥੇ ਕਾਫੀ ਕਰਾਊਡ ਹੋਣਾ ਜੇਲ੍ਹਾਂ 'ਚ? ਬੰਦਾ ਤਾਂ ਬਹੁਤ ਬੈਠਾ ਜੀ ਪਰ ਕਦੇ ਇੰਨਾ ਕਾ ਵੀ ਸੇਫਟੀ ਆ, ਹਜੇ ਜੇਲ੍ਹਾਂ ਦੇ ਵਿੱਚ ਸੇਫਟੀ ਆ ਵੀ ਕੋਈ ਐਸੀ ਵੈਸੀ ਗੱਲ ਹੈ ਨਹੀਂ, ਸੇਫਟੀ ਆ ਜੇਲ੍ਹਾਂ ਦੇ ਵਿੱਚ ਵਧੀਆ ਸੇਫਟੀ ਆ ਜੀ, ਇੰਨੀ ਕੋਈ ਗੱਲ ਹੈ ਨਹੀਂ ਕਰੋਨਾ ਬਾਰੇ ਅੰਦਰ ਜੀ। ਵੱਲੋਂ ਫੈਸਲਾ ਲੈ ਗਿਆ ਤੁਹਾਨੂੰ ਛੱਡੇਗਾ, ਤੁਸੀਂ ਖੁਸ਼ ਹੋ? ਹਾਂ ਜੀ ਅਸੀਂ ਆਪੋ ਆਪਣੇ ਘਰਾਂ 'ਚ ਵਧੀਆ ਸੈੱਟ ਰਹਾਂਗੇ ਜੀ, ਪ੍ਰੋਗਰਾਮ ਇੱਥੇ ਬਿਮਾਰੀ ਤੋਂ ਬਚੇ ਹਾਂ ਜੀ ਅੰਦਰ ਵੀ, ਸੈੱਟ ਆ ਜੀ ਸਾਰਾ ਕੰਮ। ਗਲਤ ਕੰਮ ਤਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ, ਗਲਤ ਕੰਮ ਨਾ ਹੀ ਕਰਦੇ ਹਾਂ ਮਾੜਾ ਮੋਟਾ ਜੀ, ਸਾਡੇ ਚਿੱਤ 'ਤੇ ਆ ਜਾਂਦੀ ਆ ਗੱਲ ਕਰ ਵੀ ਦੇਖਦੀ ਹੈ ਜੀ। ਸਰਕਾਰ ਵੱਲੋਂ ਅੱਜ ਕਿੰਨਿਆਂ ਦੀ ਰਿਹਾਈ ਕੀਤੀ ਗਈ ਜਿਹੜੀ ਹਵਾਲਾਤੀਆਂ ਦੀ? ਇਹ ਰਿਹਾਈ ਜੀ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਦੇ ਉੱਤੇ ਜਿਹੜੇ ਹਵਾਲਾਤੀ ਨੇ ਉਹਨਾਂ ਦੀਆਂ ਮਾਣਯੋਗ ਅਦਾਲਤਾਂ ਵੱਲੋਂ ਕੀਤੀ ਗਈ ਹੈ। ਤਕਰੀਬਨ ਅਸੀਂ 40 ਤੋਂ 45 ਦੇ ਕਰੀਬ ਬੰਦਿਆਂ ਨੂੰ ਰਿਹਾਅ ਕਰ ਰਹੇ ਹਾਂ। ਇਹ ਕਰੋਨਾ ਵਾਇਰਸ ਕਰਕੇ ਜਿਹੜੀ ਰਿਹਾਈ ਕੀਤੀ? ਹਾਂਜੀ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਜੇਲ੍ਹਾਂ ਦੇ ਵਿੱਚੋਂ ਜਿਹੜੀ ਅੰਦਰ ਸੀਗੀ ਨਫ਼ਰੀ ਉਹਨੂੰ ਘਟਾਉਣ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਅਤੇ ਗਵਰਨਮੈਂਟ ਨੇ ਇਹ ਐਕਸ਼ਨ ਲਿਆ ਜੀ। ਪਿੱਛੇ ਜੀ ਨਫ਼ਰੀ ਹੈ ਜਿਹੜੀ ਜੇਲ੍ਹਾਂ 'ਚ ਸ਼ਿਫਟ ਵੀ ਕੀਤੀ ਗਈ ਹੈ ਕਈ ਜੇਲ੍ਹਾਂ 'ਚ, ਸ਼ਾਇਦ ਜਿਨ੍ਹਾਂ ਜੇਲ੍ਹਾਂ ਦੇ ਵਿੱਚ ਕੁਛ ਜ਼ਿਆਦਾ ਸੀ ਗਿਣਤੀ ਉਹਨਾਂ ਨੂੰ ਜਿਨ੍ਹਾਂ ਜੇਲ੍ਹਾਂ ਦੇ ਵਿੱਚ ਘੱਟ ਸੀਗਾ ਉਹ 'ਚ ਸ਼ਿਫਟ ਕੀਤਾ ਗਿਆ। ਟੋਟਲ ਸਾਰੇ ਪੰਜਾਬ ਦੀਆਂ ਜੇਲ੍ਹਾਂ 'ਚ ਕੀਤਾ ਜਾ ਰਿਹਾ? ਹਾਂਜੀ ਹਾਂ ਸਾਰੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਹੀ ਰਿਲੀਜ਼ ਕੀਤੇ ਜਾ ਰਹੇ ਨੇ ਜੀ। ਅੱਜ ਤੋਂ ਬਾਅਦ ਦੁਬਾਰਾ ਵੀ ਇੱਥੋਂ ਰਿਲੀਜ਼ ਹੋਰ ਹੋ ਸਕਦੇ? ਹਾਂਜੀ ਬਿਲਕੁਲ ਜੀ, ਹੋਪਫੁਲੀ ਜਿਵੇਂ ਹੀ ਆਰਡਰ ਆਉਂਦੇ ਰਹਿਣਗੇ ਅਸੀਂ ਉਹਨਾਂ ਨੂੰ ਰਿਲੀਜ਼ ਕਰਦੇ ਰਹਾਂਗੇ। ਜਿਸ ਤਰ੍ਹਾਂ ਆਪ ਨੂੰ ਪਤਾ ਕਿ ਕੋਵਿਡ-19 ਦਾ ਪ੍ਰਕੋਪ, ਪੈਂਡਾਮਿਕ ਡਿਜ਼ੀਜ਼ ਦਾ ਪ੍ਰਕੋਪ ਚੱਲ ਰਿਹਾ ਹੈਗਾ, ਇਸ ਨੂੰ ਇਤਿਆਦਨ ਵਜੋਂ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਡੀਕੰਜਸਟ ਕੀਤਾ ਜਾਵੇ, ਉਹਨਾਂ ਦੇ ਵਿੱਚ ਪਹਿਲੀ ਲੜੀ ਦੇ ਵਿੱਚ ਉਹਨਾਂ ਕੈਦੀਆਂ ਨੂੰ ਪਰੋਲ 'ਤੇ ਰਿਹਾਅ ਕੀਤਾ ਜਾ ਰਿਹਾ ਹੈਗਾ ਜਿਹਨੇ ਪੈਟੀ ਕ੍ਰਾਈਮ ਜਾਂ ਜਿਨ੍ਹਾਂ ਦੇ ਉਹ ਜੁਰਮ ਜਿਨ੍ਹਾਂ ਦੀ ਸਜ਼ਾ 7 ਸਾਲ ਤੋਂ ਥੱਲੇ ਹੈਗੀ ਹੈ। ਉਸ ਲੜੀ ਦੇ ਵਿੱਚ ਕੁੱਲ 39 ਕੈਦੀ ਬਰਨਾਲਾ ਜੇਲ੍ਹ ਦੇ ਵਿੱਚੋਂ ਹੁਣ ਤੱਕ ਆਈਡੈਂਟੀਫਾਈ ਹੋਏ ਹਨ, ਜਿਹਦੇ ਵਿੱਚੋਂ 26 ਕੈਦੀ ਜਿਹੜੇ ਹੈਗੇ ਨੇ ਬਰਨਾਲਾ ਜ਼ਿਲ੍ਹੇ ਤੋਂ ਬਾਹਰ ਜ਼ਿਲ੍ਹਿਆਂ ਦੇ ਨੇ, ਜਿਨ੍ਹਾਂ ਨੂੰ ਅੱਜ ਰਿਲੀਜ਼ ਕੀਤਾ ਗਿਆ, ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਘਰਾਂ 'ਤੇ ਪਹੁੰਚਾਉਣ ਲਈ ਅਸੀਂ ਆਪਣੀ ਵਹੀਕਲਸ ਉੱਤੇ ਬੱਸਾਂ ਅਤੇ ਬਲੈਰਾਂ 'ਤੇ ਉਹਨਾਂ ਨੂੰ ਘਰਾਂ ਦੇ ਵਿੱਚ ਛੱਡ ਰਹੇ ਹੈਗੇ। ਅਤੇ ਸਰ ਉਹਨਾਂ ਦੇ ਬਾਰੇ ਵਿਕਾਸ, ਉਹਨਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਕੁਛ? ਉਹਨਾਂ ਨੂੰ ਕਰੋਨਾ ਜਾਂ ਕੋਵਿਡ-19 ਦੇ ਚੱਲਦੇ ਹੋਏ ਉਹਨਾਂ ਨੂੰ ਸੋਸ਼ਲ ਸੇਫ ਡਿਸਟੈਂਸਿੰਗ ਬਾਰੇ ਦੱਸਿਆ ਗਿਆ, ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਆਪਣਾ ਹਾਈਜੀਨ ਬਾਰੇ ਦੱਸਿਆ ਗਿਆ, ਕਿਉਂਕਿ ਇਹ ਜਿਹੜੀ ਮਹਾਂਮਾਰੀ ਹੈ ਇਹ ਟਰਾਂਸਮਿਟ ਨਾ ਹੋਵੇ, ਉਹਨਾਂ ਬਾਰੇ ਉਹਨਾਂ ਨੂੰ ਬਰੀਫ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਅਸੀਂ ਛੱਡ ਕੇ ਆਏ ਹਾਂ। ਕਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਹੋਇਆਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਹਾਈ ਪਾਵਰ ਕਮੇਟੀ ਗਠਿਤ ਕੀਤੀ ਗਈ ਹੈ ਕਿ ਇਸ ਪ੍ਰਕੋਪ ਨੂੰ ਰੋਕਣ ਲਈ ਜੇਲ੍ਹਾਂ ਵਿੱਚ ਓਵਰ ਕਰਾਊਡਿੰਗ ਹੋਣ ਕਰਕੇ
ਵੱਧ ਤੋਂ ਵੱਧ ਬੰਦੀਆਂ ਨੂੰ ਰਿਹਾਅ ਕਰਕੇ ਉਹਨਾਂ ਦੇ ਘਰਾਂ ਵਿੱਚ ਭੇਜਿਆ ਜਾ ਸਕੇ। ਉਹਨਾਂ ਹੁਕਮਾਂ ਤਹਿਤ ਜਿਨ੍ਹਾਂ ਕੇਸਾਂ ਵਿੱਚ ਹਵਾਲਾਤੀਆਂ ਨੂੰ 7 ਸਾਲ ਤੱਕ ਦੀ ਸਜ਼ਾ ਮਿਲੀ ਹੋਏ ਉਹਨਾਂ ਨੂੰ ਅਤੇ ਕੈਦੀਆਂ ਨੂੰ ਜਿਹੜੇ ਨੂੰ 7 ਸਾਲ ਦੀ ਕੈਦ ਹੋਈ ਹੈ ਉਹਨਾਂ ਨੂੰ 6 ਹਫ਼ਤੇ ਦੀ ਪਰੋਲ 'ਤੇ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ 64 ਬੰਦੇ ਫਿਰੋਜ਼ਪੁਰ ਜੇਲ੍ਹ ਤੋਂ ਰਿਹਾਅ ਕੀਤੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 40 ਹਵਾਲਾਤੀ ਅਤੇ ਬਾਕੀ ਕੈਦੀ ਜਿਨ੍ਹਾਂ ਨੂੰ 7 ਸਾਲ ਦੀ ਸਜ਼ਾ ਤੱਕ ਹੈਗੇ ਨੇ ਰਿਹਾਅ ਕੀਤੇ ਗਏ ਨੇ। ਅਤੇ ਹਵਾਲਾਤੀਆਂ ਨੂੰ 42 ਦਿਨ ਲਈ ਰਿਹਾਅ ਕੀਤਾ ਗਿਆ ਇੰਟਰਮ ਬੇਲ 'ਤੇ, ਉਹ 9 ਤਰੀਕ ਨੂੰ ਆਪਣੀ ਹਾਜ਼ਰੀ ਦੇਣਗੇ। 30 ਹਵਾਲਾਤੀ ਜਿਹੜੇ ਨੇ ਉਹ ਟੈਕਨੀਕਲੀ ਕੁਛ ਕੇਸ ਵੱਡੇ ਹੋਣ ਕਰਕੇ ਉਹਨਾਂ ਨੂੰ ਰੋਕਿਆ ਗਿਆ। ਇਹ ਪ੍ਰੋਸੈਸ ਸੋਮਵਾਰ ਤੱਕ ਕਲੀਅਰ ਹੋਏਗਾ ਕਿ ਕਿੰਨੇ ਬੰਦੇ ਇੱਥੋਂ ਰਿਹਾਅ ਹੋ ਰਹੇ ਨੇ, ਪਰ ਵੱਧ ਤੋਂ ਵੱਧ ਬੰਦੇ ਜਿਹੜੇ ਇਸ ਪਾਲਿਸੀ ਦੇ ਵਿੱਚ ਕਵਰ ਹੋਣਗੇ ਇਸ ਜੇਲ੍ਹ ਤੋਂ ਰਿਹਾਅ ਕੀਤੇ। ਸਰ ਅੱਜ ਟੋਟਲ ਕਿੰਨੇ ਹੋਣ ਜਾ ਰਹੇ ਆ ਅਤੇ ਟੋਟਲ ਕਿੰਨੀ ਕੁ ਜਿਹੜੇ ਕਰੀਬ ਜਿਹੜੀ ਹੈਗੀ ਫਿਕਰ ਹੈਗੀ? ਅੱਜ ਟੋਟਲ 64 ਹਵਾਲਾਤੀ ਕੈਦੀ ਜੇਲ੍ਹ ਤੋਂ ਰਿਹਾਅ ਕੀਤੇ ਜਾਣੇ ਨੇ। 125 ਦੇ ਕਰੀਬ ਜਿਹੜਾ ਹੈਗਾ ਪੈਂਡਿੰਗ ਸੋਮਵਾਰ ਜਿਹੜੇ DC ਸਾਹਿਬ ਜਾਂ ਸਹਿੰਜਾ ਸਾਹਿਬ ਵੱਲੋਂ ਅਦਾਲਤਾਂ ਵੱਲੋਂ ਸਾਨੂੰ ਹੁਕਮ ਆਉਣੇ ਨੇ, ਅਸੀਂ ਕੇਸ ਭੇਜੇ ਹੋਏ ਨੇ, ਉਹ ਰਿਹਾਅ ਹੋ ਜਾਣ। ਸਰ ਇਹ ਪਰੋਲ 'ਤੇ ਹੈ ਕਿ ਪਰਮਾਨੈਂਟ ਮਤਲਬ ਕਿ ਰਿਹਾਈ ਹੋਈ ਹੋਈ? ਜਿਹੜੇ ਹਵਾਲਾਤੀ ਨੇ ਉਹਨਾਂ ਨੂੰ ਇੰਟਰਮ ਬੇਲ 'ਤੇ ਛੱਡਿਆ ਗਿਆ, ਉਹ 9 ਤਰੀਕ ਨੂੰ ਵਾਪਸੀ ਹਾਜ਼ਰੀ ਰਿਪੋਰਟ ਕਰਨਗੇ। ਜਿਹੜੇ ਕੈਦੀ ਆ ਉਹਨਾਂ ਨੂੰ 6 ਹਫ਼ਤੇ ਪਰੋਲ 'ਤੇ ਰਿਹਾਅ ਕੀਤਾ ਗਿਆ ਹੈ, 6 ਹਫ਼ਤੇ ਪਰੋਲ ਕੱਟ ਕੇ ਉਹ ਜੇਲ੍ਹ ਹਾਜ਼ਰ ਹੋਣਗੇ। ਥੈਂਕ ਯੂ ਸੋ ਮਚ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।